ਮਾਮਲਾ ਦਰਜ ਨਾ ਕਰਨ ਦੇ ਵਿਰੋਧ 'ਚ ਲਗਾਇਆ ਜਾਮ। ਮਾਮਲਾ ਪਿੰਡ ਨਵੀਂਪੁਰ ਦੇ ਸਾਬਕਾ ਸਰਪੰਚ ਦੀ ਮੌਤ ਦਾ। ਫਤਿਹਗੜ੍ਹ ਸਾਹਿਬ ਦੇ ਨਜ਼ਦੀਕੀ ਪਿੰਡ ਨਵੀਂਪੁਰ ਦੇ ਸਾਬਕਾ ਸਰਪੰਚ ਦੀ ਮੌਤ ਦਾ ਪੁਲਿਸ ਵੱਲੋਂ ਮਾਮਲਾ ਨਾ ਦਰਜ ਕਰਨ ਦੇ ਮੰਗ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸ਼ੇਰਸੂਦੀ ਮਾਰਗ ਤੇ ਜਾਮ ਲਗਾ ਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 2008 ਤੋਂ ਲੈ ਕੇ 2012 ਵਿੱਚ ਮ੍ਰਿਤਕ ਇੰਦਰ ਰਾਮ ਪਿੰਡ ਨਵੀਂਪੁਰ ਦਾ ਸਰਪੰਚ ਸੀ ਅਤੇ ਪਿੰਡ ਦੇ ਕੁਝ ਵਿਅਕਤੀ ਹੀ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਸੀ ਅਤੇ ਇਹਨਾਂ ਵਿਅਕਤੀਆਂ ਨੇ ਸਰਪੰਚ ਤੇ ਝੂਠਾ ਪਰਚਾ ਵੀ ਦਰਜ ਕਰਵਾ ਦਿੱਤਾ ਸੀ, ਜਿਸ ਦੀ ਜਾਂਚ ADC ਨੇ ਕਰਨ ਤੋਂ ਬਾਅਦ ਸਰਪੰਚ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਇਹਨਾਂ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਅਸੀਂ ਜਾਮ ਨਹੀਂ ਖੋ। ASP ਹਰਜੋਤ ਕੌਰ ਗਰੇਵਾਲ ਨੇ ਕਿਹਾ ਕਿ ਸਾਬਕਾ ਸਰਪੰਚ ਇੰਦਰ ਰਾਮ ਦੀ ਕੱਲ ਮੌਤ ਹੋ ਗਈ ਸੀ ਤੇ ਪਰਿਵਾਰਕ ਮੈਂਬਰ ਕਹਿ ਰਹੇ ਸਨ ਕਿ ਕਾਨੂੰਨੀ ਕਾਰਵਾਈ ਹੋਵੇ, ਪਰ ਉਹਨਾਂ ਨੇ ਬਿਆਨ ਨਹੀਂ ਦਰਜ ਕਰਵਾਏ। ਬਿਆਨਾਂ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਦੇਸਰਾਜ ਜੀ, ਨਵੀਂਪੁਰ ਜੀ, ਇੰਦਰ ਰਾਮ ਸਰਪੰਚ ਸੀਗਾ ਪਹਿਲਾਂ, ਅੱਜ ਤੋਂ 5 ਸਾਲ ਪਹਿਲਾਂ, ਚਾਚਾ ਜੀ ਸਾਡੇ। ਉਹਨੂੰ ਤੰਗ ਪਰੇਸ਼ਾਨ ਕਰਿਆ ਗਿਆ ਵੀ ਤੈਂ ਪੈਸੇ ਖਾ ਲਏ ਆ, ਇਹ ਕਰ ਲਿਆ, ਵੋ ਕਰ ਲਿਆ। ਸਾਡੇ ਨਵੀਂਪੁਰ ਦੇ ਬੰਦੇ ਜਿਹੜੇ ਆ, ਘਰ ਬੰਦੇ ਬਹੁਤ ਤੰਗ ਪਰੇਸ਼ਾਨ ਕਰ ਰਹੇ ਆ। ਉਹ ਵਾਰ ਵਾਰ ਇਹ ਗੱਲ ਕਹਿ ਰਹੇ ਨੇ ਵੀ ਤੈਨੂੰ ਅਸੀਂ ਛੱਡਣਾ ਨਹੀਂ, ਤੂੰ ਪੈਸੇ ਖਾ ਗਿਆ ਅਤੇ ਪੈਸੇ ਮੰਗਦੇ ਸੀਗੇ ਵੀ ਨਹੀਂ ਤਾਂ ਸਾਡੇ ਨਾਲ ਕੋਈ ਕੰਪਰੋਮਾਈਜ਼ ਕਰ ਲਓ ਜੀ। ਇਹ ਵਾਰ ਵਾਰ ਪਰੇਸ਼ਾਨ ਕਰ ਰਹੇ ਸੀ ਇਹਨੂੰ ਵੀ ਸਾਨੂੰ, ਅਸੀਂ ਤੈਨੂੰ ਛੱਡਣਾ ਨਹੀਂ ਹੈਗਾ ਵੀ ਤੈਨੂੰ ਜੇਲ੍ਹ ਕਰਾ ਕੇ ਛੱਡਣਾ। ਇਹ 3-4 ਦਿਨਾਂ ਦੀ ਟੈਨਸ਼ਨ ਬਹੁਤ ਜ਼ਿਆਦਾ ਲੈ ਰਿਹਾ। ਉਹ ਸਾਡੇ ਨਾਲ ਚਾਚਾ ਜੀ ਗੱਲ ਕਰ ਰਹੇ ਨੇ ਵੀ ਮੈਨੂੰ ਬਹੁਤ ਤੰਗ ਕਰ ਰਿਹਾ ਜਾ ਰਿਹਾ ਸਾਡਾ ਚਾਚਾ ਜੀ, ਵੀ ਉਹਨੂੰ ਬਹੁਤ ਪਰੇਸ਼ਾਨ ਕਰਿਆ। ਉਹ ਕਹਿੰਦਾ ਵੀ ਮੈਨੂੰ ਜੇਲ੍ਹ ਕਰਾ ਕੇ ਛੱਡਣਗੇ, ਬੰਦੇ ਮੇਰੇ ਮਗਰ ਪਏ ਹੋਏ ਨੇ ਵੀ ਜਾਂ ਮੈਨੂੰ ਕਹਿੰਦੇ ਵੀ ਇੰਦਰ ਰਾਮ ਜਾਂ ਫਾਂਸੀ ਲੈ ਕੇ ਮਰੂਗਾ ਜਾਂ ਨਹਿ 'ਚ ਛਾਲ ਮਰੂਗਾ, ਇਹਦੇ 'ਚ ਹੋਰ ਕੋਈ ਚਾਰਾ ਨਹੀਂ ਹੈਗਾ। ਹਾਂਜੀ, ਉਹ ਦੇਖ ਲਓ ਵੀ ਉਹਨਾਂ 'ਤੇ ਜਿਹੜੀ ਹੈਗੀ ਕਾਰਵਾਈ ਕਰੀ ਜਾਵੇ, ਇਨਸਾਫ ਮਿਲਣਾ ਚਾਹੀਦਾ। ਸਰ, ਸਾਡੀ ਤਾਂ ਇਹੀ ਬੇਨਤੀ ਹੈ ਪ੍ਰਸ਼ਾਸਨ ਕੋਲ ਵੀ ਜਿਹਨਾਂ ਬੰਦਿਆਂ ਨੇ ਸਾਡੇ ਉਸ ਸਤਿਕਾਰਯੋਗ ਸਰਪੰਚ ਸਾਹਿਬ ਨੂੰ ਮੈਂਟਲੀ ਪਰੇਸ਼ਾਨ ਕੀਤਾ ਆ ਅਤੇ ਹੱਦੋਂ ਵੱਧ ਉਹਨੂੰ ਪਰੇਸ਼ਾਨ ਕੀਤਾ ਆ, ਪੈਸਿਆਂ ਦੀ ਵੀ ਮੰਗ ਕਰਦੇ ਰਹੇ ਆ, ਵਾਰ ਵਾਰ ਇਹ ਗੱਲ ਕਹਿੰਦੇ ਰਹੇ ਆ। ਅਤੇ ਉਹਨਾਂ ਦੇ ਵੱਡੇ ਭਰਾ ਨੇ ਗੋਂਦੀ ਰਾਮ ਜੀ, ਅਤੇ ਉਹਨਾਂ ਕੋਲ ਵੀ ਆ ਕੇ ਉਹ ਬੰਦੇ ਕਹਿੰਦੇ ਰਹੇ ਆ ਵੀ ਇਸ ਦਾ ਧਿਆਨ ਰੱਖੋ, ਇਹ ਤੁਹਾਨੂੰ ਜਾਂ ਤਾਂ ਕਿਤੇ ਦਰਖਤ ਨਾਲ ਲਮਕਿਆ ਮਿਲੂਗਾ ਅਤੇ ਜਾਂ ਫਿਰ ਕਿਸੇ ਨਹਿਰ 'ਚ ਇਹਦੀ ਲਾਸ਼ ਮਿਲੂਗੀ। ਉਹ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਸਰਪੰਚ ਸਾਹਿਬ ਨੇ ਕਿਸੇ ਨੂੰ ਕੋਈ ਜ਼ਿਆਦਾ ਆਪਣੇ ਦਿਲ ਦੀ ਗੱਲ ਦੱਸੀ ਨਹੀਂ, ਅੰਦਰੋਂ ਅੰਦਰੀ ਘੁੱਟਦਾ ਰਿਹਾ ਅਤੇ ਅਚਾਨਕ ਉਹਦੀ ਡੈਥ ਹੋ ਗਈ। ਅਤੇ ਸਾਡੀ ਤਾਂ ਪ੍ਰਸ਼ਾਸਨ ਕੋਲ ਇਹੀ ਮੰਗ ਹੈ ਵੀ ਜਿਹਨਾਂ ਬੰਦਿਆਂ ਨੇ ਉਸ ਨੂੰ ਇੰਨਾ ਮੈਂਟਲੀ ਪਰੇਸ਼ਾਨ ਕੀਤਾ ਉਹਨਾਂ ਦੇ ਖਿਲਾਫ਼ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ। ਸਰਪੰਚ ਹੋਣ ਦੇ ਨਾਤੇ ਕੁਝ ਵਿਅਕਤੀਆਂ ਨੇ ਸਾਨੂੰ ਵੀ ਪਤਾ ਕਿ ਇਹਨਾਂ 'ਤੇ ਦੋਸ਼ ਲਾਇਆ ਕਿ ਇਹਨਾਂ ਨੇ ਪੰਚਾਇਤ ਦੇ ਹੁੰਦਿਆਂ ਘਪਲੇਬਾਜ਼ੀ ਕੀਤੀ ਹੈ, ਪਰ ਜਦੋਂ ਇਹਨਾਂ ਦੀ ਇਨਕੁਆਇਰੀ ਹੋਈ, ADC ਸਾਹਿਬ ਨੇ ਇਨਕੁਆਇਰੀ ਕੀਤੀ, ਉਸ ਸਮੇਂ ਮੈਂ ਵੀ ਖੁਦ ਇੱਥੇ ਮੌਕੇ 'ਤੇ ਕਮਿਊਨਿਟੀ ਹਾਲ ਦੇ ਵਿੱਚ ਬੈਠਾ ਸੀ, ਤਾਂ ਉਸ ਸਮੇਂ ਇਹਨਾਂ ਨੂੰ ਜੋ ਇੰਦਰ ਰਾਮ ਜਿਹਨਾਂ ਡੈਥ ਹੋਈ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ ADC ਸਾਹਿਬ ਵੱਲੋਂ, ਤਾਂ ਕੁਝ ਵਿਅਕਤੀਆਂ ਨੇ ਸਿਆਸੀ ਤੌਰ 'ਤੇ ਇਹਨਾਂ ਨਾਲ ਰੰਜਿਸ਼ਬਾਜ਼ੀ ਰੱਖਣ ਤੋਂ ਬਾਅਦ ਵੀ ਮੁਕੱਦਮੇ ਇਹਨਾਂ 'ਤੇ ਪਾਈ ਗਏ, ਕੁਝ ਕੰਪਲੇਂਟਾਂ ਪਾਈਆਂ, ਜਿਸ ਨੂੰ ਇਹਨਾਂ ਨੇ ਨਾ ਸਹਾਰਦੇ ਹੋਏ, ਤਾਂ ਇਹਨਾਂ ਦੀ ਜੋ ਪਿੱਛੇ ਕੁਝ ਦਿਨ ਪਹਿਲਾਂ ਨੋਟਿਸ ਆਇਆ ਸੀ ਉਹਦਾ ਇਹਨਾਂ ਦੀ ਜ਼ਮਾਨਤ ਵੀ ਹੋਈ। ਜ਼ਮਾਨਤ ਲੈਣ ਤੋਂ ਬਾਅਦ ਤੁਹਾਨੂੰ ਵੀ ਪਤਾ ਲੱਗਿਆ ਕਿ ਬੰਦੇ ਇਹਨਾਂ ਨੂੰ ਰਾਹ ਜਾਂਦਿਆਂ, ਲੰਘਦਿਆਂ, ਟੱਪਦਿਆਂ ਜਾਂ ਫੋਨ 'ਤੇ ਵੀ ਡਿਸਟਰਬ ਕਰਦੇ ਸੀ ਵੀ ਇੰਦਰ ਰਾਮ ਸਾਡੇ ਨਾਲ ਸਮਝੌਤਾ ਕਰੋ, ਕੁਝ ਲੈਣ ਦੇਣ ਦੇ ਵੀ ਪ੍ਰੈਸ਼ਰ ਇਹਨਾਂ 'ਤੇ ਪਾਉਂਦੇ ਸੀ। ਪਰ ਇਹ ਗਰੀਬ ਹੋਣ ਦੇ ਨਾਤੇ ਜਦੋਂ ਇਹਨਾਂ ਨੇ ਪੰਚਾਇਤ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕਰਿਆ ਹੀ ਨਹੀਂ ਤਾਂ ਇਹਨਾਂ ਕਿ ਦੇਣ ਦਾ ਤਾਂ ਕੋਈ ਗੱਲ ਨਹੀਂ ਸੀ ਬਣਦੀ, ਪਰ ਇਹਨਾਂ ਨੂੰ ਮਜਬੂਰ ਕੀਤਾ ਗਿਆ। ਮਜਬੂਰ ਹੋਣ ਤੋਂ ਬਾਅਦ ਜਦੋਂ ਇਹਨਾਂ ਦੀ ਜ਼ਮਾਨਤ ਹੋਈ ਹੈ ਤਾਂ ਇੰਨਾ ਟੈਂਸ਼ਨ ਦੇ ਵਿੱਚ, ਇੰਨੀ ਡਿਪਰੈਸ਼ਨ ਦੇ ਵਿੱਚ ਚਲੇ ਗਏ ਕਿ ਇਹਨਾਂ ਨੂੰ ਆਪਣੀ ਜਾਨ ਦਵਾਉਣੀ ਪਈ। ਇਹਨਾਂ ਜੀ ਬੰਦਿਆਂ ਨੇ ਜਿਹੜਾ ਇਹ ਟੌਰਚਰ ਕਰਿਆ, ਇਸ ਕਾਰਨ ਇੰਦਰ ਰਾਮ ਦੀ ਮੌਤ ਹੋਈ ਆ। ਇਹ ਧਮਕੀਆਂ ਦਿੰਦੇ ਰਹੇ ਵੀ ਜਿਹੜਾ ਗਵਨ ਕਰਿਆ ਇਹਨਾਂ ਨੇ, ਅਸੀਂ ਇਹਨਾਂ ਕੋਲੋਂ 50 ਲੱਖ ਦੀ ਮੰਗ ਕਰੀ ਆ, ਇਹ ਸਾਨੂੰ 20 ਲੱਖ ਰੁਪਈਆ ਦਿੰਦੇ ਨੇ, ਜੇ 30 ਲੱਖ ਦੇ ਦੇਣ ਤਾਂ ਅਸੀਂ ਇਹਨਾਂ ਨਾਲ ਸਮਝੌਤਾ ਕਰ ਲਵਾਂਗੇ। ਇਸ ਕਰਕੇ ਉਹ ਬੰਦਾ ਪਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਹਦੀ ਮੌਤ ਹੋਈ ਆ। ਅਤੇ ਸਾਡੀ ਤਾਂ ਸਾਰੇ, ਅਸੀਂ ਤਾਂ ਇਹੀ ਕਹਿੰਦੇ ਹਾਂ ਉਹਨਾਂ ਬੰਦਿਆਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਆ। ਹੁਣ ਅਸੀਂ ਆਹ ਚੌਂਕੀ ਬੈਠੇ ਹਾਂ, ਸਾਨੂੰ ਇਹ ਸਮਝੌਤੇ ਦੇ ਦਬਾਅ ਪਾ ਰਹੇ ਨੇ, ਅਸੀਂ ਕਹਿੰਦੇ ਹਾਂ ਵੀ ਇਹਨਾਂ ਦੇ ਖਿਲਾਫ਼ ਜਿਹੜੀ 304 ਦੀ ਕਾਰਵਾਈ ਬਣਦੀ ਹੈ, 506 ਦੀ ਬਣਦੀ, ਜਿਹੜੀ ਵੀ ਕਾਰਵਾਈ ਬਣਦੀ ਆ ਉਹਨਾਂ ਬੰਦਿਆਂ 'ਤੇ, ਉਹਨਾਂ ਨੂੰ ਬੁਲਾ ਕੇ ਤੁਹਾਡਾ ਅਹਿਸਾਸ ਕਰਾ ਦਿੰਦੇ ਹਾਂ। ਪਰ ਸਾਨੂੰ ਤਾਂ ਇਹ ਹੈ ਵੀ ਉਹਨਾਂ ਬੰਦਿਆਂ ਨੂੰ ਪਰਚਾ ਹੋਣਾ। ਇੰਦਰ ਰਾਮ ਅਸਮ ਆਫ ਕੈਰਲਾ ਦੇ ਸੀਗੇ, ਉਮਰ ਇਹਨਾਂ ਦੀ 50 ਸਾਲ ਦੇ, ਨਵੀਂਪੁਰ ਪਿੰਡ ਦੇ ਸੀਗੇ, ਸਾਬਕਾ ਸਰਪੰਚ ਸੀਗੇ 2007 ਤੋਂ 12 ਤੱਕ। ਇਹਨਾਂ ਦੀ ਕੱਲ੍ਹ ਤਕਰੀਬਨ 12 ਵਜੇ ਜਿਵੇਂ ਮੌਤ ਹੁੰਦੀ ਹੈ, ਅਤੇ ਨਾਲ ਇਹਨਾਂ ਦੇ ਜਿਹੜੇ ਪਿੰਡ ਦੇ ਵਿਅਕਤੀ ਨੇ ਉਹ ਚਾਹੁੰਦੇ ਨੇ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਵੀ ਲੋਕਾਂ ਨੂੰ ਇਹ ਸਮਝਦੇ ਨੇ ਉਹਨਾਂ ਕਾਰਨ ਮੌਤ ਹੋਈ ਹੈ।
ਅਤੇ ਹਜੇ ਜਿਹੜੀ ਮੁੱਢਲੀ ਤਫਤੀਸ਼ ਹੈ ਉਹਦੇ ਵਿੱਚ ਕੌਜ਼ ਆਫ ਡੈਥ ਹਜੇ ਕਲੀਅਰ ਨਹੀਂ ਹੋਇਆ ਅਤੇ ਹਜੇ ਤੱਕ ਇਸ ਚੀਜ਼ ਬਾਰੇ ਬਿਆਨ ਵੀ ਨਹੀਂ ਆਏ ਅਤੇ ਅਕੋਰਡਿੰਗਲੀ ਅਸੀਂ ਅੱਗੇ ਕੰਮ ਕਰ ਰਹੇ ਹਾਂ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।